ਨਵੇਂ ਸਾਲ ਦਾ ਸਵਾਗਤ ਪੂਰੀ ਦੁਨੀਆ 'ਚ ਜਸ਼ਨ ਮਨਾ ਕੇ ਕੀਤਾ ਜਾ ਰਿਹਾ ਸੀ, ਪਰ ਲੁਧਿਆਣਾ ਪੁਲਿਸ ਨੇ ਨਵੇਂ ਸਾਲ ਦੀ ਸ਼ੁਰੂਆਤ ਚਪੇੜਾਂ ਅਤੇ ਗਾਲਾਂ ਵਰਾ ਕੇ ਕੀਤੀ। ਪੁਲਿਸ ਨੇ ਦੇਰ ਰਾਤ ਨਵਾਂ ਸਾਲ ਮਨਾ ਕੇ ਵਾਪਸ ਪਰਤ ਰਹੇ ਲੋਕਾਂ ਨੂੰ ਘੇਰ ਲਿਆ। ਇਸ ਦੌਰਾਨ ਉਹਨਾਂ ਦੀਆਂ ਗੱਡੀਆਂ ਦੀ ਤਲਾਸ਼ੀ ਲਈ ਗਈ। ਤਲਾਸ਼ੀ ਵੇਲੇ ਉਹਨਾਂ ਲੋਕਾਂ ਉੱਤੇ ਵੀ ਪਰਚਾ ਦਰਜ ਕਰ ਦਿੱਤਾ ਜਿਨ੍ਹਾਂ ਦੀ ਗੱਡੀ ਵਿੱਚੋਂ ਮਹਿਜ਼ ਇੱਕ ਬੋਤਲ ਸ਼ਰਾਬ ਹੀ ਮਿਲੀ ਸੀ। ਵੈਸੇ ਤਾਂ ਸ਼ਰਾਬ ਪੀ ਕੇ ਗੱਡੀ ਚਲਾਉਣਾ ਵੀ ਅਪਰਾਧ ਹੈ ਅਤੇ ਇਸ ਦੇ ਲਈ ਚਲਾਨ ਕੱਟਿਆ ਜਾ ਸਕਦਾ ਹੈ, ਪਰ ਪੁਲਿਸ ਨੇ ਲੋਕਾਂ ਨੂੰ ਗੱਡੀਆਂ ਵਿੱਚੋਂ ਉਤਾਰ ਕੇ ਉਹਨਾਂ ਦਾ ਕੁਟਾਪਾ ਲਾਉਣਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਇਸ ਦੌਰਾਨ ਇੱਕ ਮਨੁੱਖੀ ਅਧਿਕਾਰ ਜਥੇਬੰਦੀ ਨਾਲ ਜੁੜੇ ਆਗੂ ਦੀ ਵੀ ਕੁੱਟਮਾਰ ਕੀਤੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਦੇਰ ਰਾਤ ਕਿਸੇ ਨੂੰ ਵੀ ਹੁੱਲੜਬਾਜ਼ੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਹਨਾਂ ਦੇਰ ਰਾਤ ਤੱਕ ਖੁੱਲ੍ਹਣ ਵਾਲੇ ਬਾਰ ਅਤੇ ਰੈਸਟੋਰੈਂਟਸ ਉੱਤੇ ਵੀ ਸਖ਼ਤ ਕਾਰਵਾਈ ਕਰਨ ਦੀ ਗੱਲ ਆਖੀ ਹੈ। ਅਸੀਂ ਜਿਹੜੇ ਵੀ ਇਸ ਵਿਸਿਨਿਟੀ ਵਿੱਚ ਰੈਸਟੋਰੈਂਟਸ ਜਾਂ ਬਾਰ ਸੀਗੇ ਜਿਹੜੇ ਚੱਲ ਰਹੇ ਸੀਗੇ ਗਵਰਨਮੈਂਟ ਦੇ ਟਾਈਮ ਤੋਂ ਬਾਅਦ, ਸਭ ਦੇ ਰੇਟਸ ਕੀਤੀਆਂ, ਸਾਰੇ ਬੰਦ ਕਰਾਤੇ ਨੇ ਅਤੇ ਜਿੱਥੇ ਲੱਗਿਆ ਉੱਥੇ ਅਪਰੋਪਰੀਏਟ ਐਕਸ਼ਨ ਵੀ ਲਿੱਤਾ। ਅਤੇ ਅਸੀਂ ਇਹੀ ਅਰਜ਼ੀ ਕਰਦੇ ਹਾਂ ਕਿ ਅਗਰ ਕਿਸੇ ਨੂੰ ਹਲੇ ਵੀ ਲੱਗਦਾ ਹੈ ਕਿ ਕਿਤੇ ਮਿਊਜ਼ਿਕ ਚੱਲ ਰਿਹਾ ਹੈ, ਕੁਛ ਅਨਆਥੋਰਾਈਜ਼ਡ ਐਕਟੀਵਿਟੀ ਹੋ ਰਹੀ ਹੈ, ਤਾਂ ਪਲੀਜ਼ ਪੁਲਿਸ ਕੰਟਰੋਲ ਰੂਮ 'ਤੇ ਦੱਸੋ, ਇਨਫੋਰਮ ਕਰੋ ਤਾਂ ਕਿ ਅਸੀਂ ਉੱਥੇ ਵੀ ਐਕਸ਼ਨ ਲਈਏ। ਜੇਕਰ ਸ਼ਰਾਬ ਪੀ ਕੇ ਕੋਈ ਗੱਡੀ ਚਲਾਉਂਦਾ ਹੈ ਤਾਂ ਪੁਲਿਸ ਕਾਨੂੰਨ ਦੇ ਤਹਿਤ ਹੀ ਉਸ ਖਿਲਾਫ਼ ਕਾਰਵਾਈ ਕਰ ਸਕਦੀ ਹੈ, ਪਰ ਜਿਸ ਤਰ੍ਹਾਂ ਨਾਲ ਲੁਧਿਆਣਾ ਪੁਲਿਸ ਨੇ ਲੋਕਾਂ ਦਾ ਕੁਟਾਪਾ ਚਾੜਿਆ, ਉਸ ਨੂੰ ਕਿਸੇ ਵੀ ਸੂਰਤ 'ਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਬਿਊਰੋ ਰਿਪੋਰਟ, TV 5।